ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸ਼ਾਹਬਾਜ਼ ਸਿੰਘ, ਮੈਂ ਫਿਰੋਜ਼ਪੁਰ ਤੋਂ ਹੈਗਾ ਜੀ। ਮੈਨੂੰ ਕੋਈ 7-8 ਸਾਲ ਤੋਂ ਹਰਨੀਆਂ ਦੀ ਪ੍ਰੋਬਲਮ ਸੀਗੀ। ਉਹਦੇ ਵਾਸਤੇ ਮੈਂ ਪਹਿਲਾਂ ਮੈਡੀਸਨ ਵਗੈਰਾ ਲੈਂਦਾ ਰਿਹਾ ਵੀ ਸ਼ਾਇਦ ਮੈਡੀਸਨ ਨਾਲ ਸੈੱਟ ਹੋ ਜਾਵੇ, ਪਰ ਸਾਲ ਡੇਢ ਸਾਲ ਮੈਡੀਸਨ ਲਈ ਪਰ ਗੱਲ ਬਣੀ ਨਹੀਂ। ਹਰ ਕੇ ਫਿਰ ਮੈਂ ਇਹਦੇ ਓਪਰੇਸ਼ਨ ਵਾਸਤੇ ਪਹਿਲਾਂ ਫਿਰੋਜ਼ਪੁਰ ਦਿਖਾਇਆ ਜੀ, 2-3 ਹੋਸਪਿਟਲ ਗਿਆ ਜੀ। ਉਸ ਤੋਂ ਬਾਅਦ ਮੈਂ ਜਲੰਧਰ ਦਿਖਾਇਆ ਜੀ, ਫਿਰ ਮੈਂ ਮੁਕਤਸਰ ਗਿਆ ਜੀ, ਮੁਕਤਸਰ ਵੀ ਸਲਾਹ ਲੈਂਦਾ ਰਿਹਾ ਜੀ, ਫਿਰ ਮੋਹਾਲੀ ਚੰਡੀਗੜ੍ਹ ਵਗੈਰਾ ਵੀ ਮੈਂ ਦਿਖਾਇਆ ਜੀ। ਉਸ ਤੋਂ ਬਾਅਦ ਮੇਰਾ ਕੋਈ ਸੱਜਣ ਸੀਗਾ, ਜਦੋਂ ਮੇਰਾ ਪ੍ਰੋਗਰਾਮ ਬਣਿਆ ਮੈਂ ਓਪਰੇਸ਼ਨ ਕਰਾਉਣਾ ਹੀ ਪੈਣਾ ਜੀ, ਇਸ ਤੋਂ ਇਲਾਵਾ ਕੋਈ ਹੱਲ ਨਹੀਂ ਹੈਗਾ। ਮੇਰੇ ਦੋਸਤ ਨੇ ਜੀ ਫਿਰੋਜ਼ਪੁਰ ਤੋਂ, ਉਹਨਾਂ ਨੇ ਮੇਰੇ ਨਾਲ ਜ਼ਿਕਰ ਕੀਤਾ ਕਿ ਡਾਕਟਰ ਅਮਿਤ ਸੂਦਰ ਹੈਗੇ ਜੀ ਮੋਗਾ, ਤੁਸੀਂ ਇਹਨਾਂ ਤੋਂ ਇੱਕ ਵਾਰ ਸਲਾਹ ਲਵੋ ਜੀ। ਮੈਂ ਉਹਨਾਂ ਦੀ ਗੱਲ ਮੰਨ ਕੇ ਫਿਰ ਮੈਂ ਇੱਕ ਵਾਰ ਡਾਕਟਰ ਸਾਹਿਬ ਕੋਲ ਆਇਆ ਇੱਥੇ, ਇਹਨਾਂ ਨਾਲ ਡਿਸਕਸ ਹੋਈ। ਡਾਕਟਰ ਸਾਹਿਬ ਨੇ ਮੈਨੂੰ ਸਾਰਾ ਬੜੀ ਬਰੀਕੀ ਨਾਲ ਸਾਰਾ ਸਮਝਾਇਆ ਜੀ, ਔਰ ਮੇਰਾ ਮਨ ਬਣਿਆ ਵੀ ਇੱਥੇ ਹੀ ਮਤਲਬ ਓਪਰੇਸ਼ਨ ਕਰਵਾਉਣਾ ਹੈ ਜੀ। ਉਸ ਤੋਂ ਬਾਅਦ ਫਿਰ ਜਿਵੇਂ ਵੀ ਡਾਕਟਰ ਸਾਹਿਬ ਨੂੰ ਟਾਈਮ ਦਿੱਤਾ ਜੀ, ਓਪਰੇਸ਼ਨ ਮੇਰਾ ਲੈਪਰੋਸਕੋਪੀ ਦਾ ਓਪਰੇਸ਼ਨ ਹੋਇਆ ਜੀ, ਔਰ ਸੇਮ ਡੇ ਹੀ ਸਵੇਰੇ 8 ਵਜੇ ਓਪਰੇਸ਼ਨ ਹੋਇਆ ਜੀ, ਔਰ ਸ਼ਾਮੀ 8 ਵਜੇ ਡਾਕਟਰ ਸਾਹਿਬ ਨੇ ਮੈਨੂੰ ਤੋਰ ਦਿੱਤਾ ਇੱਕ ਵਾਰ, ਕਹਿੰਦੇ ਵੀ ਤੁਸੀਂ ਚੱਲ ਕੇ ਆਪਣੇ ਆਪ, ਮੈਂ ਆਪਣੇ ਆਪ ਚੱਲ ਕੇ ਆਪਣੇ ਰੂਮ 'ਚ ਆਇਆ ਜੀ। ਮਤਲਬ 12 ਘੰਟੇ 'ਚ ਮਤਲਬ ਮੇਰਾ ਮਤਲਬ ਠੀਕ ਲੱਗ ਰਿਹਾ ਸੀ ਮੈਨੂੰ, ਔਰ ਨੈਕਸਟ ਡੇ ਜਿਵੇਂ ਜਿਵੇਂ ਬੈਟਰ ਹੋਇਆ, ਔਰ ਸਟਾਫ ਵੀ ਇੰਨਾ ਅੱਛਾ ਸੀ, ਬਹੁਤ ਵਧੀਆ ਕੇਅਰ ਉਹਨਾਂ ਨੇ ਅਪਡੇਟ ਕਰਦੇ ਰਹਿੰਦੇ ਸੀ, ਪੁੱਛਦੇ ਰਹਿੰਦੇ ਸੀਗੇ, ਔਰ ਦੂਸਰੇ ਦਿਨ ਮੈਂ ਬਿਲਕੁਲ ਸੈੱਟ ਸੀਗਾ, ਔਰ ਤੀਸਰੇ ਦਿਨ ਡਾਕਟਰ ਸਾਹਿਬ ਨੇ ਮੈਨੂੰ ਡਿਸਚਾਰਜ ਕਰਤਾ ਜੀ। ਬਿਲਕੁਲ ਵਧੀਆ, ਮੈਂ ਕੋਈ ਮੈਨੂੰ ਦਿੱਕਤ ਨਹੀਂ ਹੋਈ, ਬਹੁਤ ਵਧੀਆ ਓਪਰੇਸ਼ਨ ਹੋਇਆ ਜੀ। ਔਰ ਅੱਜ ਮੈਂ ਆਪ ਸਭ ਨੂੰ ਇਹ ਕਹਾਂਗਾ ਵੀ ਆਪਾਂ ਚੰਡੀਗੜ੍ਹ, ਜਲੰਧਰ, ਲੁਧਿਆਣਾ ਐਰਾ ਵਗੈਰਾ ਵੱਡੇ ਦੇ ਸ਼ਹਿਰਾਂ 'ਚ ਜਾਂਦੇ ਜ਼ਰੂਰ ਹੈਗੇ ਹਾਂ, ਪਰ ਆਪਾਂ ਨੂੰ ਇਹ ਆ ਵੀ ਆਪਣੇ ਆਪਦੇ ਸ਼ਹਿਰ 'ਚ ਮੋਗਾ ਸਿਟੀ 'ਚ ਵੀ ਡਾਕਟਰ ਇੱਕ ਸਪੈਸ਼ਲਿਸਟ ਹੈਗਾ ਜੀ। ਆਪਾਂ ਨੂੰ ਕਿਸੇ ਵੀ ਚਲੋ ਓਪਰੇਸ਼ਨ ਆਪਦੀ ਹਰ ਇੱਕ ਦੀ ਆਪੋ ਆਪਣੀ ਹੈਗੀ ਜੀ, ਪਰ ਇੱਕ ਵਾਰ ਸਲਾਹ ਜ਼ਰੂਰ ਲਵੋ ਇੱਥੇ ਆ ਕੇ, ਡਾਕਟਰ ਸਾਹਿਬ ਨੂੰ ਡਿਸਕਸ ਕਰੋ, ਬਾਕੀ ਆਪਦਾ ਮਨ ਹੈਗਾ ਜੀ। ਮੈਂ ਤਾਂ ਇਹੀ ਸੁਜੈਸਟ ਕਰਾਂਗਾ ਜੀ, ਡਾਕਟਰ ਅਮਿਤ ਸੂਦ ਬਹੁਤ ਅੱਛੇ ਸਰਜਨ ਨੇ ਜੀ, ਮੈਨੂੰ ਹੁਣ ਤੱਕ ਕੋਈ ਪ੍ਰੋਬਲਮ ਨਹੀਂ ਆਈ, ਅੱਜ ਬਿਲਕੁਲ ਮੈਂ ਬਿਲਕੁਲ ਸੈੱਟ ਹੈ ਜੀ, ਮੇਰਾ ਸਰੀਰ ਕੋਈ ਦਿੱਕਤ ਨਹੀਂ ਹੈਗੀ। ਆਪਦਾ ਬਹੁਤ ਬਹੁਤ ਧੰਨਵਾਦ ਜੀ।